ਬਹੁਤ ਵਧੀਆ ਗੱਲ ਮਤਲਬ ਕਿ ਖਡੂਰ ਸਾਹਿਬ ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਦੀ ਸੇਵਾ ਚੱਲ ਰਹੀ ਹੈ ਜੀ। ਹਾਂਜੀ ਤਾਂ ਇੱਥੇ ਕੋਈ ਬਿਲਡਿੰਗ ਨਹੀਂ ਹੁੰਦੀ ਜੀ। ਹਾਂਜੀ ਕੱਲਾ ਗੁਰਦੁਆਰਾ ਹੁੰਦਾ ਸੀ। ਹਾਂਜੀ ਤਾਂ ਅਸੀਂ ਤਾਂ ਇੱਥੇ ਡੰਗਰਾਂ ਵਾਲੀ ਹਵੇਲੀ 'ਚ ਸੁਣਦੇ ਰਹੇ ਹਾਂ। ਹਾਂਜੀ ਨਿੱਕੀ ਨਾਨਕ ਸ਼ਾਹੀ ਦੀ ਇੱਟ ਦੀ ਬਣੀ ਸੀ ਪੁਰਾਣੀ। ਹਾਂਜੀ ਹੁਣ ਇੱਥੇ 22 ਸਾਲ ਹੋ ਗਏ ਆ। ਹਾਂਜੀ ਸਰੋਵਰ ਬਣੇ ਨੂੰ ਵੀ ਆ ਸਭ ਹੱਥਾਂ 'ਚ ਬਣਿਆ ਲੰਗਰ ਆਲ ਦੀਵਾਨ ਆਲ ਆ ਨਵੀਂ ਸਰਾਂ ਜਿਹੜੀ ਬਣੀ ਆ ਜੀ। ਜੋ ਬੋਲੇ ਸੇਵਾਦਾਰ ਕੁਲਜੀਤ ਸਿੰਘ ਕਾਰ ਸੇਵਾ ਖਡੂਰ ਸਾਹਿਬ ਮੌਜੂਦਾ ਮੁਖੀ ਬਾਬਾ ਸੇਵਾ ਸਿੰਘ ਜੀ ਉਹ ਪਵਿੱਤਰ ਸਥਾਨ ਆ ਜੀ ਜਿੱਤੇ ਰੰਧਾਵੇ ਦਾ ਖੂਹ ਦੇ ਨਾਲ ਜਾਣਿਆ ਜਾਂਦਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਇਹਦੀ ਇਮਾਰਤ ਸੇਵਾ ਬਾਬਾ ਸੇਵਾ ਸਿੰਘ ਜੀ ਵੱਲੋਂ ਆਰੰਭ ਕੀਤੀ ਗਈ ਹੈ ਅਤੇ 500 ਸਾਲਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਆ ਰਿਹਾ ਗੁਰਪੁਰਬ 550 ਸਾਲਾ ਉਹਦੇ 'ਤੇ ਇਹਨੂੰ ਅੰਦਰ ਦਰਬਾਰ 'ਚ ਪ੍ਰਕਾਸ਼ ਕਰਨ ਦੀ ਸਾਨੂੰ ਉਮੀਦ ਹੈ ਪ੍ਰਕਾਸ਼ ਬਣ ਜੂਗਾ ਜੀ। ਵੱਡੇ ਵੱਡੇ ਭਾਗ ਆ ਜੀ ਸਿੱਖ ਸੰਗਤ ਦੇ ਗੁਰੂ ਨਾਨਕ ਨਾਲ ਸੇਵਾ ਸੰਗਤਾਂ ਦੇ ਜੇ ਖੁੱਲ੍ਹ ਜਾਂਦਾ ਤਾਂ ਅਜੇ ਤਾਂ ਤਿਆਰੀਆਂ ਹੀ ਆ ਵੇਖੋ ਗੁਰੂ ਕਿਰਪਾ ਕਰੇ ਖੁੱਲ੍ਹੇ ਸੰਤ ਖੁੱਲ੍ਹੇ ਦਰਸ਼ਨਦਾਰੇ ਕਰੋਗੇ ਕੋਈ ਪਾਸਪੋਰਟ ਨਹੀਂ ਬਣਾਉਣ ਦੀ ਲੋੜ ਪਵੇਗੀ। ਪਵਿੱਤਰ ਸਥਾਨ ਹੈ ਗੁਰੂ ਨਾਨਕ ਸਾਹਿਬ ਦਾ ਸਾਡੇ ਕੋਲ ਗੁਰੂ ਨਾਨਕ ਸਾਹਿਬ ਦਾ ਮੇਨ ਸਥਾਨ ਜਿਹੜਾ ਕੋਈ ਨਹੀਂ ਜੀ ਜਨਮ ਸਥਾਨ ਉੱਧਰ ਆ ਜੋਤੀ ਜੋਤ ਉੱਧਰ ਚਲੋ ਜੋਤੀ ਜੋਤ ਸਥਾਨ ਮਿਲੂ ਸਾਨੂੰ ਬਹੁਤ ਵੱਡੀ ਗੱਲ ਹੈ ਜੀ। ਵੇਖੋ ਜੀ ਇਹਦੇ ਕੁਦਰਤ ਤੌਰ 'ਤੇ ਤਰੱਕੀ ਹੋ ਜਾਣੀ ਆ ਜੀ ਜਦੋਂ ਇੱਥੇ ਬਾਹਰ ਤੋਂ ਲੋਕਾਂ ਦਰਸ਼ਨ ਮੇਲੇ ਕਰਨ ਆਉਣਾ ਜਿਹਨਾਂ ਕਰਤਾਰਪੁਰ ਜਾਣਾ ਉਹਨਾਂ ਡੇਰਾ ਬਨਾਨਕ ਵੀ ਆਉਣਾ ਜੀ ਅਤੇ ਸੰਗਤ ਨੇ ਆਉਣਾ ਟੂਰਿਸਟ ਆਉਣਾ ਤਰੱਕੀ ਆਟੋਮੈਟਿਕ ਹੋ ਜਾਂਦੀ ਇਲਾਕੇ ਦੀ ਸੁੰਦਰ ਬਣੇ ਬੜੀ ਵੱਡੇ ਭਾਗ ਆ ਚਲੋ ਗੌਰਮੈਂਟਾਂ ਵੀ ਕੋਸ਼ਿਸ਼ ਕਰਨਗੀਆਂ ਇਹਨੂੰ ਹੋਰ ਸੁੰਦਰ ਬਣਾਇਆ ਜਾਵੇ ਮਹਾਂਪੁਰਖਾਂ ਵੱਲੋਂ ਵੀ ਕੋਸ਼ਿਸ਼ਾਂ ਹੋ ਰਹੀਆਂ ਵੀ ਵੱਧ ਤੋਂ ਵੱਧ ਇਹਦਾ ਵਿਕਾਸ ਕੀਤਾ ਜਾਵੇ ਨਗਰ ਦਾ ਜਿੰਨਾ ਹੋ ਸਕੇ ਜੀ। ਸੰਗਤਾਂ 'ਚ ਭਾਰੀ ਉਤਸ਼ਾਹ ਵਾ ਬਹੁਤ ਚਾਹ ਸੰਗਤਾਂ ਨੂੰ ਤੁਸੀਂ ਬੀਜੇਪੀ ਦੇ ਬੜੇ ਸੀਨੀਅਰ ਲੀਡਰ ਰਹੇ ਹੋ ਅੱਜ ਕੱਲ੍ਹ ਵੀ ਹੋ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਕੀ ਤੁਹਾਡੇ ਵਿਚਾਰ ਹੈਗੇ? ਇਸ ਤਰ੍ਹਾਂ ਜੀ ਕਿ ਜਦੋਂ 1947 ਦੇ ਵਿੱਚ ਦੇਸ਼ ਦਾ ਪਾਰਟੀਸ਼ਨ ਹੋਇਆ ਹਾਂਜੀ ਸਾਡੇ ਬਹੁਤ ਹੀ ਕਈ ਇਤਿਹਾਸਕ ਧਾਰਮਿਕ ਸਥਾਨ ਜਿਹੜੇ ਆ ਉਹ ਪਾਕਿਸਤਾਨ ਵਿੱਚ ਰਹਿ ਗਏ। ਹਾਂਜੀ ਜਿਵੇਂ ਕਿ ਅਰਦਾਸ ਦੇ ਵਿੱਚ ਵੀ ਅਸੀਂ ਬੋਲਦੇ ਹਾਂ ਕਿ ਜਿਹੜੇ ਸਾਡੇ ਉੱਥੇ ਵਿਛੜੇ ਗੁਰਦੁਆਰੇ ਆ ਉਹਨਾਂ ਨੂੰ ਮਿਲਾਇਆ ਜਾਵੇ। ਹਾਂਜੀ ਅੱਜ 70 ਸਾਲ ਬਾਅਦ ਜਿਹੜੀ ਇਹ ਅਰਦਾਸ ਹੈ ਉਹ ਇੱਕ ਸਾਰਥਕ ਰੂਪ ਲੈਂਦੀ ਨਜ਼ਰ ਆ ਰਹੀ ਹੈ ਜਿੱਥੇ ਮੈਂ ਸਮਝਦਾ ਕਿ ਕੇਂਦਰ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਆ ਜਿੱਥੇ ਕਿ ਸਾਡੇ ਬਹੁਤ ਹੀ ਸੀਨੀਅਰ ਲੀਡਰ ਕੁਲਦੀਪ ਸਿੰਘ ਬਡਾਲਾ ਜੀ ਨੇ ਬਹੁਤ ਅਰਦਾਸਾਂ ਕੀਤੀਆਂ ਇਸ ਲਈ ਯਤਨ ਕੀਤਾ ਕਿ ਲਾਂਘਾ ਜਿਹੜਾ ਆ ਖੋਲ੍ਹਿਆ ਜਾਵੇ। ਅੱਜ ਉਹ ਜਿਹੜਾ ਆ ਉਹ ਇੱਕ ਸਾਕਾਰ ਰੂਪ ਲੈ ਰਿਹਾ ਔਰ ਅਸੀਂ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਸ ਧਾਰਮਿਕ ਸਥਾਨ ਦੇ ਜਿਹੜੇ ਦਰਸ਼ਨ ਦਾਰ ਹੈ ਉਹ ਜਲਦੀ ਤੋਂ ਜਲਦੀ ਹੋਣਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੱਲ੍ਹ ਹੀ ਆਪਣੇ 100 ਕਰੋੜ ਰੁਪਇਆ ਹੋਰ ਸੈਂਕਸ਼ਨ ਕੀਤਾ ਹੈਗਾ ਉਹਦੇ ਲਾਂਘੇ ਬਾਰੇ ਪਾਕਿਸਤਾਨ ਦੇ ਲੋਕਾਂ ਨੂੰ ਕੋਈ ਤੁਸੀਂ ਜ਼ਰੂਰ ਮੈਸੇਜ ਦਿਓ? ਜਿਹੜਾ ਕਿ ਇਮਰਾਨ ਖਾਨ ਜੀ ਨੇ ਉੱਥੇ ਦੇ ਪ੍ਰਧਾਨ ਮੰਤਰੀ ਜੀ ਨੇ 100 ਕਰੋੜ ਰਿਲੀਜ਼ ਕੀਤਾ ਉਸ ਲਾਂਘੇ ਲਈ ਮੈਂ ਸਮਝਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੋਨਾਂ ਦੇਸ਼ਾਂ ਦੇ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਜਿਹੜੀ ਖਟਾਸ ਹੈ ਉਹ ਇਸ ਲਾਂਘੇ ਕਰਕੇ ਮੈਨੂੰ ਦੂਰ ਹੁੰਦੀ ਨਜ਼ਰ ਆ ਰਹੀ ਹੈ। ਬਹੁਤ ਅੱਛੀ ਗੱਲ। ਸਾਡੇ ਜਿਹੜੇ ਸਿੱਖਾਂ ਦੇ ਤਾਂ ਜਿਹੜੇ ਹੈਗੇ ਆ ਧਾਰਮਿਕ ਸਥਾਨ ਹੈ ਇਸ ਤਰ੍ਹਾਂ ਸਾਡੇ ਜਿਹੜੇ ਹਿੰਦੂ ਕਮਿਊਨਿਟੀ ਉਹਨਾਂ ਦੇ ਵੀ ਬਹੁਤ ਅੱਛੇ
ਜਿਹੜੇ ਹੈਗੇ ਆਸਾਨ ਪਾਕਿਸਤਾਨ ਵਿੱਚ ਹੈਗੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਪਾਕਿਸਤਾਨ ਦੇ ਵਿੱਚ ਜਿਹੜੇ ਕਿ ਹਿੰਦੂ ਧਾਰਮਿਕ ਸਥਾਨ ਵੀ ਕਾਫੀ ਆ, ਜਿਵੇਂ ਕਿ ਲਾਹੌਰ ਦੇ ਵਿੱਚ ਕ੍ਰਿਸ਼ਨ ਮੰਦਰ ਬੜਾ ਇਤਿਹਾਸਿਕ ਮੰਦਰ ਹੈ, ਸਿੰਧ ਦੇ ਅੰਦਰ ਇੱਕ ਬ੍ਰਹਮਾ ਜੀ ਦਾ ਮੰਦਰ ਹੈ, ਇਸੇ ਤਰ੍ਹਾਂ ਪਿਸ਼ਾਵਰ ਦੇ ਵਿੱਚ ਇੱਕ ਮਾਤਾ ਜੀ ਦਾ ਮੰਦਰ ਹੈ। ਔਰ ਮੈਂ ਅੱਜ ਤੁਹਾਡੇ ਮਾਧਿਅਮ ਦੇ ਥਰੂ ਮੈਂ ਤਾਂ ਇਸ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਥਰੂ ਦੋਨਾਂ ਸਰਕਾਰਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਉਹਨਾਂ ਜਿਹੜੇ ਧਾਰਮਿਕ ਸਥਾਨ ਜਿਹੜੇ ਦੋਨਾਂ ਦੇਸ਼ਾਂ ਵਿੱਚ, ਚਾਹੇ ਕੋਈ ਹਿੰਦੁਸਤਾਨ ਦੇ ਵਿੱਚ ਧਾਰਮਿਕ ਸਥਾਨ ਹੈ, ਚਾਹੇ ਪਾਕਿਸਤਾਨ ਵਿੱਚ ਧਾਰਮਿਕ ਸਥਾਨ ਹੈ, ਉਹਨਾਂ ਨੂੰ ਅਗਰ ਕੋਈ ਦਰਸ਼ਨੀ ਦਾਦਾਰ ਕਰਨਾ ਚਾਹੁੰਦਾ ਉਹਨਾਂ ਜਿਹੜੀ ਵੀਜ਼ਾ ਪ੍ਰਣਾਲੀ ਉਹ ਸਰਲ ਕੀਤੀ ਜਾਵੇ, ਤਾਂ ਜੋ ਜਿੱਥੇ ਸਾਡੇ ਦੋਨਾਂ ਦੇਸ਼ਾਂ ਦੇ ਸੰਬੰਧ ਧਾਰਮ ਬਖਸ਼ ਤੋਂ ਮਜ਼ਬੂਤ ਹੋਣਗੇ ਔਰ ਉਸ ਤਰ੍ਹਾਂ ਸੰਬੰਧ ਵੀ ਸਾਡੇ ਜਿਹੜੇ ਸੁਖਾਵੇ ਹੋਣਗੇ, ਇਹਨੂੰ ਜ਼ਰੂਰ ਇੱਥੇ ਵਿਚਾਰ ਕਰਨਾ ਚਾਹੀਦਾ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਧੰਨਵਾਦ। ਲਾਂਘਾ ਜਿਹੜਾ ਖੁੱਲ੍ਹਣ ਨਾਲ ਹਿੰਦੂ ਪਾਕਿਸਤਾਨ ਰਿਲੇਸ਼ਨ ਫਰੈਂਡਸ਼ਿਪ ਵਿੱਚ ਤਬਦੀਲ ਹੋਣ ਦੀ ਕਿੰਨੀ ਕੁ ਸੰਭਾਵਨਾ ਤੁਹਾਨੂੰ ਲੱਗਦੀ? ਬਹੁਤ ਸੰਭਾਵਨਾ ਭਾਰੀ ਸਾਹਿਬ। ਇਹ ਤਾਂ ਜਿਹੜੀ ਅਰਦਾਸ ਸੀ ਨਾ, ਹਾਂਜੀ, ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ, ਹਾਂਜੀ, ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਦੀ ਵਡਿਆਈ। ਗੁਰੂ ਨਾਨਕ ਸਾਹਿਬ ਦੀ ਵਡਿਆਈ ਪ੍ਰਗਟ ਹੋ ਰਹੀ ਹੈ। ਹਾਂਜੀ, ਉਹ ਸਮਾਂ ਜਿਹੜਾ ਜਿਹਦੀ ਬੜੇ ਮੁੱਦਤਾਂ ਤੋਂ ਰੋਜ਼ ਅਰਦਾਸ ਕਰਦੀ ਹੈ, ਅਰਦਾਸ ਵਿੱਚ ਤੁਕਾਂ ਆਉਂਦੀਆਂ, ਇਹ ਸੱਚੇ ਪਾਤਸ਼ਾਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਅਤੇ ਇਹ ਜਥੇਦਾਰ ਕੁਲਦੀਪ ਸਿੰਘ ਬਟਾਲਾ ਸਾਰੀ ਉਮਰ ਇਹਦੇ 'ਤੇ ਲਾਗਾ ਹੈ, ਤਕਰੀਬਨ 36-37 ਸਾਲ ਉਹ ਆਪਣੇ ਸਾਥੀਆਂ ਨੂੰ ਲੈ ਕੇ ਬਿਰਧ ਅਵਸਥਾ ਵਿੱਚ ਵੀ 208 ਵਾਰੀ ਉਹਨਾਂ ਨੇ ਅਰਦਾਸਾਂ ਕੀਤੀਆਂ ਅਤੇ ਸੱਚੇ ਮਨੋ ਜਿਹੜੀ ਹੈ ਨਾ ਖੁਦਾ ਮਨਜ਼ੂਰ ਕਰਤਾ ਹੈ, ਦੁਆ ਜਬ ਦਿਲ ਸੇ ਹੋਤੀ ਹੈ, ਮਗਰ ਮੁਸ਼ਕਿਲ ਤੋਂ ਯੇ ਹੈ ਕਿ ਯੇ ਮੁਸ਼ਕਿਲ ਸੇ ਹੋਤੀ ਹੈ, ਮਿੱਟੀ ਕਦੇ ਨਾ ਹੋਵੇ ਜਨਕੀ ਅਰਦਾਸ, ਉਹ ਤੁਹਾਡੀਆਂ ਸਾਡੀਆਂ ਸਾਰੀਆਂ ਦੀਆਂ ਅਰਦਾਸਾਂ ਜਿਹੜੀਆਂ ਉਹ ਫਲੀਭੂਤ ਹੋਣ ਜਾ ਰਹੀਆਂ। ਗੁਰੂ ਸੱਚੇ ਪਾਤਸ਼ਾਹ ਨੇ ਆਪ ਹੀ ਮਨਾਂ ਵਿੱਚ ਵਸ ਕੇ ਇੱਕ ਪ੍ਰੇਰਣਾ ਦਿੱਤੀ ਹੈ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ, ਸਰਕਾਰਾਂ ਦਾ ਬਹੁਤ ਵੱਡਾ ਰੋਲ ਹੈ, ਪਾਕਿਸਤਾਨ ਦੀ ਸਰਕਾਰ ਨੇ ਵੀ, ਤੁਸੀਂ ਮੈਨੂੰ ਦੱਸ ਰਿਹਾ ਕਿ 100 ਕਰੋੜ ਰੁਪਈਆ ਹੁਣ ਰੀਸੈਂਟਲੀ ਕੱਲ ਉਹਨਾਂ ਨੇ ਅਨਾਊਂਸ ਕੀਤਾ, ਜਦੋਂ ਭਾਰਤ ਸਰਕਾਰ ਦੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ ਉਹ ਵੀ ਇਹਦੇ ਵਿੱਚ ਬੜਾ ਇੰਟਰਸਟ ਲੈ ਰਹੇ ਆ, ਕੇਂਦਰ ਸਰਕਾਰ ਵੱਲੋਂ ਵੀ ਫੰਡ ਜਾਰੀ ਕੀਤੇ ਗਏ ਆ, ਦੋਨਾਂ ਸਰਕਾਰਾਂ ਨੇ ਪਹਿਲੀ ਵਾਰੀ ਸੱਚੀ ਸੁੱਚੀ ਪ੍ਰਤੀਬੱਧਤਾ ਕਮਿਟਮੈਂਟ ਦਿਖਾਈ ਆ ਕਿ ਇਹ ਲਾਂਘਾ ਖੁੱਲ੍ਹਣਾ ਚਾਹੀਦਾ, ਇਹਦੇ ਨਾਲ ਭਾਰਤ ਸਾਹਿਬ ਇਹਦੇ ਨਾਲ ਤਜਾਰਤ ਵੀ ਵਧੂਗੀ, ਇਹਦੇ ਨਾਲ ਵਪਾਰ ਵਧੂਗਾ, ਇਹਦੇ ਨਾਲ ਕਾਰੋਬਾਰ ਵਧੂਗਾ, ਇਹਦੇ ਨਾਲ ਲੋਕਾਂ ਦਾ ਆਉਣਾ ਜਾਣਾ ਵਧੂਗਾ, ਇਹਦੇ ਨਾਲ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ, ਸਾਹਿਤ ਦਾ ਆਦਾਨ ਪ੍ਰਦਾਨ ਹੋਊਗਾ, ਜਿਹੜੇ ਹੋਰ ਇਸ ਤਰ੍ਹਾਂ ਦੇ ਸ਼ੋਅ ਹੋਣਗੇ, ਆਮਦ ਰਫਤ ਵਧੇਗੀ, ਦੋਨਾਂ ਮੁਲਕਾਂ ਦੇ ਲੋਕਾਂ ਦੀ ਆਮਦਨ ਵਧੇਗੀ, ਹੋ ਸਕਦਾ ਕਿਸੇ ਵੇਲੇ ਮਾਰਕੀਟ ਕੋਈ ਏਦਾਂ ਖੁੱਲ੍ਹ ਜਾਏ ਜਿਹੜੀ ਜਲਸਾਂ ਦਾ ਤਬਾਦਲਾ ਉਹ ਹੋ ਸਕੇ। ਮੈਂ ਤਾਂ ਇੱਥੋਂ ਤੱਕ ਚਾਹੁੰਦਾ ਭਾਰਤ ਸਾਹਿਬ ਕਿ ਜਿਹੜੇ ਇੱਥੇ ਹਿੰਦੂ ਤੀਰਥ ਸਥਾਨ ਹੈ, ਜਿਵੇਂ ਵੱਡਾ ਤੀਰਥ ਸਥਾਨ ਹੈ ਕਟਾਸ ਰਾਜ ਜਿੱਥੇ ਹਿੰਦੂਆਂ ਦਾ ਜਥਾ ਜਾਂਦਾ, ਬਹੁਤ ਸਾਰੇ ਹਿੰਦੂ ਵੱਡੀ ਗਿਣਤੀ ਵਿੱਚ ਸਿੰਧੀ ਭਾਈਚਾਰੇ ਦੇ ਸਿੰਧ ਵਿੱਚ ਵੱਸਦੇ ਨੇ, ਉਹ ਵਜ਼ੀਰ ਵੀ ਨੇ, ਉਹ ਆਪਣੇ ਪੂਜਾ ਪਾਠ ਕਰਦੇ ਆ, ਸਿੱਖ ਜਿਹੜੇ ਆ ਉਹ ਖੈਬਰ ਪਖਤੂਨਖਵਾ ਜਿਹੜਾ ਸੂਬਾ ਉੱਥੋਂ ਤੱਕ ਵੱਸਦੇ ਆ, ਜਦੋਂ ਮੰਤਰੀ ਵੀ ਆ ਨਨਕਾਣਾ ਸਾਹਿਬ, ਬਹੁਤ ਸਾਰੇ ਸਿੱਖ ਰਹਿੰਦੇ ਆ, ਤਾਂ ਉਹ ਹਿੰਦੂਆਂ ਨੂੰ ਵੀ ਉਸੇ ਤਰ੍ਹਾਂ ਕਟਾਸਰਾ ਜਾਣ ਦੀ ਆਗਿਆ ਹੋਣੀ ਚਾਹੀਦੀ ਆ, ਔਰ ਇਸੇ ਤਰ੍ਹਾਂ ਜਦੋਂ ਇਹ ਲਾਂਘਾ ਖੁੱਲੂਗਾ ਇਹਦੇ ਨਾਲ ਬਹੁਤ ਸਾਰੇ ਚੈਨਲਸ ਖੁੱਲ੍ਹਣਗੇ, ਔਰ ਉਹ ਜਿਹੜੇ ਮੁਸਲਮਾਨ ਭਰਾ ਆ ਉਹ ਇੱਧਰ ਆ ਸਕਦੇ ਆ, ਜਿਹੜੀਆਂ ਜ਼ਿਆਰਤਗਾਹਾਂ ਉਹਨਾਂ ਦੀ ਜਿਵੇਂ ਰੋਜ਼ਾ ਸ਼ਰੀਫ ਸਰਹੰਦ ਬੜਾ ਵੱਡਾ ਉਹਨਾਂ ਦਾ ਮਰਕਜ਼ ਹੈ, ਬਿਲਕੁਲ ਉੱਥੇ ਵੀ ਉਹ ਜਾ ਸਕਣਗੇ। ਮੈਂ ਸਮਝਦਾ ਇੱਕ ਬਹੁਤ ਹੀ ਵੱਡਾ ਗੁਰੂ ਦਾ ਆਪਣਾ ਹੀ ਕ੍ਰਿਸ਼ਮਾ ਹੈ, ਇਹਦੇ ਵਿੱਚ ਬੰਦੇ ਦਾ ਕੋਈ ਹੱਥ ਨਹੀਂ, ਇਹ ਗੁਰੂ ਸਾਹਿਬ ਦੀ ਆਪਣੀ ਇੱਕ ਮਿਹਰ ਭਰੀ ਬਖਸ਼ਿਸ਼ ਹੈ, ਉਹਨਾਂ ਦੀ ਕਿਰਪਾ ਹੈ, ਉਹਨਾਂ ਦੀ ਦਇਆ ਹੈ, ਉਹਨਾਂ ਦਾ ਫਜ਼ਲੋ ਕਰਮ ਹੈ ਕਿ ਉਹਨਾਂ ਨੇ ਅਰਦਾਸ ਮਨਜ਼ੂਰ ਕੀਤੀ ਹੈ, ਔਰ ਆਸ ਕਰਦੇ ਹਾਂ ਕਿ ਇਹ ਇੱਦਾਂ ਤਾਂ ਭਾਰਤ ਸਾਹਿਬ ਮੁਮਕਿਨ ਨਹੀਂ ਲੱਗਦਾ ਕਿ ਇਸ ਗੁਰਪੁਰਬ ਤੱਕ ਜਿਹੜਾ ਕਿ 550 ਸਾਲਾਂ ਨਵੰਬਰ 'ਚ ਆ ਰਿਹਾ, ਮੈਨੂੰ ਲੱਗਦਾ ਸ਼ਾਇਦ ਲਾਂਘਾ ਉਦੋਂ ਤੱਕ ਲਗਭਗ ਹੋ ਜਾਏਗਾ, ਥੋੜ੍ਹਾ ਬਹੁਤ ਆਰਜ਼ੀ ਤੌਰ 'ਤੇ ਇਸ ਤਰ੍ਹਾਂ ਦੇ ਪ੍ਰਬੰਧ ਹੋ ਜਾਣਗੇ, ਪੁਖਤਾ ਨਹੀਂ ਹੋਣਗੇ, ਚਲੋ ਯਾਨੀ ਆਉਣ ਜਾਣ ਦਾ ਜਿਹੜਾ ਸਮਾਗਮ ਕਰਨ ਦਾ ਸ਼ੁਰੂ ਹੋ ਜਾਏਗਾ। ਅਸੀਂ ਵੀ ਇੱਕ ਪ੍ਰੋਗਰਾਮ ਬਣਾਇਆ ਤੁਹਾਡੇ ਨਾਲ ਮਿਲ ਕੇ, ਹਾਂਜੀ, ਕਿ ਅਸੀਂ ਨਵੰਬਰ ਦੇ ਪਹਿਲੇ ਹਫ਼ਤੇ ਉੱਥੇ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਸਰਹੱਦ ਉੱਤੇ
ਇੱਕ ਇੰਟਰਨੈਸ਼ਨਲ ਕੀਰਤਨ ਦਰਬਾਰ ਜਿਹਦੇ ਵਿੱਚ ਉਧਰਲੇ ਰਬਾਬੀ ਵੀ ਆਉਣ। ਬਹੁਤ ਅੱਛੀ ਗੱਲ, ਕਿਉਂਕਿ ਪਹਿਲਾਂ ਹਰਿਮੰਦਰ ਸਾਹਿਬ 'ਚ ਰਬਾਬੀ ਕੀਰਤਨ ਕਰਦੇ ਸੀ, ਹਾਂਜੀ ਹਾਂਜੀ, ਇੱਧਰਲੇ ਰਬਾਬੀ ਸਿਰਫ ਰਬਾਬੀ ਹੋਣ, ਰਬਾਬੀ ਹੋਣ, ਕਿਉਂਕਿ ਗੁਰੂ ਸਾਹਿਬ ਦੇ ਨਾਲ ਪਹਿਲਾਂ ਮਰਦਾਨਾ ਸੀ ਅਤੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇਹ ਬਹੁਤ ਵੱਡਾ ਇੱਕ ਇਤਿਹਾਸਿਕ ਮੋੜ ਹੈ ਦੋਨਾਂ ਦੇਸ਼ਾਂ ਦੇ ਬਾਇਲੇਟਰਲ ਰਿਲੇਸ਼ਨਸ ਨੂੰ ਇੰਪਰੂਵ ਕਰਨ ਲਈ। ਔਰ ਭਾਰਤ ਪਾਕਿਸਤਾਨ ਦੇ ਅਗਰ ਸੰਬੰਧ ਭਾਰਤ ਸਾਹਿਬ ਇਸ ਲਾਂਘੇ ਕਰਕੇ ਸੁਧਰਦੇ ਆ ਅਤੇ ਗੁਰੂ ਦੀ ਵੱਡੀ ਵੱਡੀ ਕਿਰਪਾ ਵਰਤੇਗੀ ਇਸ ਖਿੱਤੇ ਵਿੱਚ, ਜਿਹੜੀ ਅਮਨ ਸਲਾਮਤੀ ਅਤੇ ਸਟੇਬਿਲਿਟੀ ਅਤੇ ਪਾਏਦਾਰੀ ਅਤੇ ਤਰੱਕੀ ਵਾਸਤੇ ਭਾਰਤ ਪਾਕਿਸਤਾਨ ਦੇ ਸੰਬੰਧਾਂ ਦਾ ਨਾਮਰੇਜ਼ ਹੋਣਾ ਬਹੁਤ ਜ਼ਰੂਰੀ ਹੈ। ਔਰ ਇਹ ਲਾਂਘਾ ਇਸ ਪਾਸੇ ਵੱਲ ਇੱਕ ਵੱਡੀ ਪਲਾਂਘ। ਜਾਂਦੇ ਜਾਂਦੇ ਤੁਸੀਂ ਪਾਕਿਸਤਾਨ ਦੇ ਲੋਕਾਂ ਨੂੰ ਅਤੇ ਪੰਜਾਬ ਦੇ ਜਿਹੜੇ ਸਾਡੇ ਵਰਲਡ ਵਾਈਡ ਸਿੱਖਸ ਬਣੇ ਉਹਨਾਂ ਨੂੰ ਇੱਕ ਮੈਸੇਜ ਜ਼ਰੂਰ ਦਿਓ। ਮੈਂ ਵਧਾਈ ਦੇਣੀ ਚਾਹੁੰਦਾ ਗੁਰਸਿੱਖਾਂ ਮਨ ਵਧਾਈਆਂ ਕਿ ਸਾਰੇ ਸਾਡੇ ਉੱਧਰਲੇ ਆਵਾਮ ਜਿਹੜਾ ਪੰਜਾਬ ਦਾ, ਕਿਉਂਕਿ ਸਾਡਾ ਕਲਚਰ, ਸਾਡਾ ਤਹਿਜ਼ੀਬ ਅਤੇ ਤਮੱਦਨ, ਸਾਡੀ ਸਾਡੀ ਰਹਿਣੀ ਬਹਿਣੀ, ਸਾਡੀ ਬੋਲੀ, ਸਾਡੇ ਸਾਡਾ ਵਿਚਰਨਾ, ਲਿਬਾਸ, ਖਾਣ ਪੀਣ ਸਾਡਾ ਸਾਂਝਾ ਹੀ ਹੈ, ਤਹਿਜ਼ੀਬ ਸਾਡੀ ਸਾਂਝੀ ਹੈ, ਸਾਡੇ ਜੰਮਣ ਮਨ ਸਭ ਕੁਝ ਸਾਂਝਾ। ਇੱਕ ਸਿਰਫ ਲੀਕ ਖਿੱਚੀ ਗਈ ਹੈ, ਉਹ ਲੀਕ ਮਿਟ ਤਾਂ ਨਹੀਂ ਸਕਦੀ, ਪਰ ਉਹ ਲੀਕ ਨੂੰ ਉਲੰਘ ਕੇ ਫਰੀਲੀ ਇੱਧਰ ਉੱਧਰ ਆਇਆ ਜਾ ਸਕਦਾ। ਮੈਂ ਕਾਮਨਾ ਕਰਦਾ ਕਿ ਇਸ ਤਰ੍ਹਾਂ ਦਾ ਮਾਹੌਲ ਕੰਟੀਨਿਊਅਲ ਪੈਦਾ ਹੋਵੇ ਕਿ ਜਦੋਂ ਆਪਣਾ ਦਿਲ ਕਰੇ ਅਤੇ ਕਹੀਏ ਭਾਰਤ ਸਾਹਿਬ ਆਓ ਜੀ, ਪਾਤਸ਼ਾਹ ਜਾਣੇ ਚੱਲੀਏ, ਨਨਕਾਣਾ ਸਾਹਿਬ ਦਰਸ਼ਨ ਕਰੀਏ, ਕਰਤਾਰਪੁਰ ਸਾਹਿਬ ਜਾਈਏ, ਉੱਥੇ ਸਾਡੇ ਹੋਰ ਲਾਹੌਰ 'ਚ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਡੇਰਾ ਸਾਹਿਬ, ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਵੀ ਜਨਮ ਜਿਹੜਾ ਸੀ ਉਹਨਾਂ ਦਾ ਪ੍ਰਕਾਸ਼ ਸੀ, ਉਹ ਉੱਥੇ ਚੂਨਾ ਮੰਡੀ ਲਾਹੌਰ 'ਚ ਹੋਇਆ ਸੀ। ਸ਼ਹੀਦਗੰਜ ਗੁਰਦੁਆਰਾ ਵੀ ਉੱਥੇ ਆ ਜਿੱਥੇ ਮਾਈਆਂ ਬੀਬੀਆਂ ਨੇ ਬੱਚਿਆਂ ਦੇ ਟੁੱਟ ਟੁੱਟ ਜਾ ਕੇ ਆਪਣੇ ਗਲਾ ਜਹਾਨ ਪਾਇਆ, ਪ੍ਰਕਾਸ਼ ਸੁਣਦੇ ਹਾਂ। ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਨੇ, ਨਨਕਾਣਾ ਸਾਹਿਬ ਸਾਡਾ ਬਹੁਤ ਵੱਡਾ ਮਰਕਜ਼, ਮੱਕਾ ਕਾਬਾ, ਪੰਜਾਬ ਸਾਹਿਬ ਸਾਡਾ ਉੱਥੇ ਹੈ ਹਸਨ ਲਾਲ 'ਚ। ਇਸ ਤਰ੍ਹਾਂ ਸਾਰੇ ਗੁਰਦੁਆਰੇ ਜਿਹੜੇ ਬੰਦ ਪਏ ਆ, ਜਿਹੜੇ ਮੰਦ ਹਾਲੀ ਦੀ ਹਾਲਤ ਵਿੱਚ ਹੈ, ਉਹ ਵੀ ਔਕਾਫ ਬੋਰਡ ਨੂੰ ਫਿਰ ਪ੍ਰੇਰਨਾ ਕਰਕੇ ਉਹਨਾਂ ਦੀ ਦਿਸ਼ਾ ਅਤੇ ਦਸ਼ਾ ਵੀ ਸੁਧਾਰੀ ਜਾ ਸਕੇ। ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਗਾਂ ਅਸੀਂ ਫਿਰ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਿੰਘ ਬਿੱਟੂ ਜੀ, ਤੁਸੀਂ ਨੌਜਵਾਨ ਅਕਾਲੀ ਆਗੂ ਹੋ ਅਤੇ ਜਿਵੇਂ ਤੁਸੀਂ ਜਾਣਦੇ ਹੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 100 ਕਰੋੜ ਰੁਪਇਆ ਹੋਰ ਸੈਂਕਸ਼ਨ ਕੀਤਾ ਹੈਗਾ ਕਰਤਾਰਪੁਰ ਲਾਂਘੇ ਲਈ, ਅਤੇ ਕੀ ਮੈਂ ਇਸ ਲਾਂਘੇ ਨੂੰ ਹਿੰਦੂ ਪਾਕਿਸਤਾਨ ਦੋਸਤੀ ਦੇ ਨਜ਼ਰੀਏ ਵੱਲੋਂ ਦੇਖਦੇ ਹੋ ਤੁਸੀਂ? ਦੇਖੋ ਜੀ, ਬਹੁਤ ਵਧੀਆ ਕਦਮ ਆ ਇਹ, ਔਰ ਇਸ ਦੇ ਨਾਲ ਜਿੱਥੇ ਸਿੱਖ ਸੰਗਤ ਦੀ, ਜਿੰਨੀ ਵੀ ਸੰਸਾਰ ਵਿੱਚ ਸਿੱਖ ਸੰਗਤ ਹੈਗੀ ਆ, ਜਿਹੜੀ ਰੋਜ਼ ਅਰਦਾਸ ਇਸ ਚੀਜ਼ ਦੀ ਕਰਦੀ ਸੀ, ਹਾਂਜੀ, ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਦੀ, ਔਰ ਇੱਕ ਤਾਂ ਉਹ ਜਿਹੜੇ ਆ ਯਤਨ ਜਿਹੜੇ ਸੀ ਉਹ ਪੂਰੇ ਹੋਣ ਜਾ ਰਹੇ ਆ, ਆਸ ਵੱਜੀ ਆ, ਔਰ ਦੂਸਰਾ ਦੋਨੋਂ ਦੇਸ਼ਾਂ ਦੇ ਜਿਹੜੇ ਸੰਬੰਧ ਆ ਇਸ ਨਾਲ ਮੈਂ ਸਮਝਦਾ ਬਹੁਤ ਅੱਛੇ ਹੋਣਗੇ। ਹਾਂਜੀ ਹਾਂਜੀ, ਬਹੁਤ ਅੱਛੀ ਗੱਲ। ਅਤੇ ਇਹਦੇ ਨਾਲ ਨਾਲ ਤੁਹਾਨੂੰ ਕਦੀ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ? ਨਹੀਂ ਜੀ, ਨਹੀਂ, ਮੈਨੂੰ ਨਹੀਂ, ਪਾਕਿਸਤਾਨ ਨਹੀਂ ਗਏ ਕਦੀ। ਅੱਛਾ ਅੱਛਾ, ਜੇ ਤੁਹਾਨੂੰ ਮੌਕਾ ਮਿਲਿਆ ਜਾਣਾ ਚਾਹੋਗੇ? ਹਾਂਜੀ ਹਾਂਜੀ, ਜ਼ਰੂਰ ਜੀ, ਹੁਣ ਤਾਂ ਫਿਰ ਸਾਰੇ ਮੇਰੀ ਅਰਦਾਸ ਆ ਸਿੱਖ ਸੰਗਤ ਦੀ ਪੂਰੀ ਹੋਣ ਜਾ ਰਹੀ ਆ, ਕਿਉਂ ਨਹੀਂ ਆਪਾਂ ਵੀ ਦਰਸ਼ਨ ਕਰਾਂਗੇ ਸਾਰੇ। ਹਾਂ, ਬਹੁਤ ਅੱਛਾ। ਅਤੇ ਇੱਕ ਆ ਜਿਹੜੇ ਪੰਜਾਬ ਦੇ ਲੋਕ ਜਾਂ ਭਾਰਤ ਦੇ ਲੋਕ ਅਤੇ ਪਾਕਿਸਤਾਨ ਦੇ ਲੋਕ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਹੈਗੇ, ਇਹਦੇ ਬਾਰੇ ਕੀ ਵਿਚਾਰ ਆ? ਦੇਖੋ, ਇਹ ਵਧੀਆ ਗੱਲ ਹੈ ਜਦੋਂ ਲੋਕ ਆਪਸ 'ਚ ਇੱਦਾਂ ਮਿਲਣਗੇ, ਇੱਕ ਵਧੀਆ ਜਿਹੜਾ ਹਰ ਵਰਗ ਜਦੋਂ ਮਿਲੂਗਾ, ਦੇਖੋ ਲੋਕਾਂ 'ਚ ਹੁੰਦਾ ਹਰ ਵਰਗ ਹੁੰਦਾ, ਉਹਨਾਂ ਇੱਕ ਵਧੀਆ ਭਾਈਚਾਰਾ ਬਣੂਗਾ। ਜਦੋਂ ਸਾਡਾ ਭਾਈਚਾਰਾ ਵਧੀਆ ਬਣਦਾ, ਆਪਸੀ ਰਿਸ਼ਤੇ ਮਜ਼ਬੂਤ ਹੁੰਦੇ ਆ, ਉਹਦੇ ਨਾਲ ਚਾਹੇ ਕੋਈ ਰਾਜ ਹੋਵੇ ਚਾਹੇ ਦੇਸ਼ ਹੋਣ, ਉਹ ਵੀ ਮਜ਼ਬੂਤ ਹੁੰਦੇ ਆ, ਵਧੀਆ ਇੱਕ ਮੈਸੇਜ ਜਾਊਗਾ ਦੇਸ਼ ਲਈ, ਪਿਆਰ ਵਧੂਗਾ ਦੋਨਾਂ ਦੇਸ਼ਾਂ ਦਾ ਆਪਸ ਵਿੱਚ। ਪਾਕਿਸਤਾਨ ਦੇ ਲੋਕਾਂ ਨੂੰ ਵੀ ਕੋਈ ਇਸ ਕਰਤਾਰਪੁਰ ਲਾਂਘੇ ਸੰਬੰਧੀ ਸੁਨੇਹਾ ਜ਼ਰੂਰ ਦਿਓ ਜਾਂਦੇ ਜਾਂਦੇ? ਦੇਖੋ, ਉਹਨਾਂ ਲਈ ਵੀ, ਦੇਖੋ ਸਾਰਿਆਂ ਲਈ ਹੈ, ਇਹ ਆਪਣੇ ਹਿੰਦੁਸਤਾਨ ਲਈ ਵੀ ਅਤੇ ਪਾਕਿਸਤਾਨ ਲਈ ਵੀ, ਉਹਨਾਂ ਲਈ ਵੀ ਦੇਖੋ, ਉਹ ਵੀ ਇੱਧਰ ਆ ਸਕਦੇ ਆ ਫਿਰ। ਹਾਂਜੀ, ਬਿਲਕੁਲ ਠੀਕ ਹੈ, ਉਹਨਾਂ ਨੂੰ ਵੀ ਇੱਧਰ ਜਿਹੜੇ ਗੁਰਦੁਆਰਾ ਸਾਹਿਬ ਆ, ਵੈਸੇ ਤਾਂ ਜਿਹੜੀ ਬੱਸ ਹੈ ਆ ਇੱਕ ਸਾਧਨ ਬਣਿਆ ਆ, ਹਾਂਜੀ ਹਾਂਜੀ, ਪਰ ਇਸ ਰਸਤੇ ਦੇ ਨਾਲ ਇੱਧਰ ਉਹਨਾਂ ਦੇ ਵੀ ਬੜੇ ਅੱਛੇ ਜਿਹੜੇ ਧਾਰਮਿਕ ਸਥਾਨ ਹੈਗੇ ਆ, ਪਾਕਿਸਤਾਨ ਉਹ ਵੀ ਆ ਕੇ ਉਹਨਾਂ ਦੇ ਦਰਸ਼ਨ ਕਰ ਸਕਦੇ ਨੇ। ਬਿਲਕੁਲ, ਹਾਂਜੀ, ਇਸੇ ਤਾਂ ਹਰ ਵਰਗ ਨੂੰ, ਹਰ ਧਰਮ ਨੂੰ ਇਹਦੇ ਵਿੱਚ ਜਿਹੜਾ ਇੱਕ ਅੱਛਾ ਇੱਕ ਜਿਹੜਾ ਫਾਇਦਾ ਮਿਲੂਗਾ ਇਹਦੇ ਨਾਲ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਧੰਨਵਾਦ।